ਫਰੰਟ ਤੇ ਸ਼ੀਸ਼ਾ ਲੱਗਾ, ਇਹ ਸਾਰਾ ਇੱਕੋ ਹੀ ਸ਼ੀਸ਼ਾ ਲੱਗਾ, ਇਹ ਸਾਰਾ ਬਨ ਪੀਸ ਹੈ ਜੀ, ਨਾਲ ਦਾ ਸ਼ੀਸ਼ਾ ਨਹੀਂ ਜੀ, ਆਪਾਂ ਨੇ ਬਾਅਦ 'ਚ ਆਪ ਤਿਆਰ ਕਰਵਾ ਕੇ ਪਾਏਗਾ। ਠੀਕ ਹੈ, ਨੀਚੇ ਲੈ ਕੇ ਤਾਂ ਦਾ ਕੋਈ ਉੱਪਰ ਬਨ ਪੀਸ ਹੈ, ਜੇ 2 ਪੀਸ ਨਹੀਂ ਹੈ, ਜਿਸ ਤਰ੍ਹਾਂ ਇਸ ਨੂੰ ਕਈ ਬੰਦੇ ਨੂੰ ਦਿਖ ਰਿਹਾ ਵੀ 2 ਪੀਸ ਨਹੀਂ ਹੈ, ਇਹ ਬਨ ਪੀਸ ਹੈ ਜੀ। ਇਹ ਆਪਾਂ ਜੋ ਆਪਾਂ ਫਰੰਟ ਤੇ ਖੜੇ ਹੋਵਾਂਗੇ, ਆਪਾਂ ਨੂੰ ਐਂ ਲੱਗੂ ਜਿੱਦਾਂ ਇੱਕ ਮਿੰਨੀ ਬੱਸ ਹੁੰਦੀ ਹੈ ਨਾ, ਅਸੀਂ ਜਿਹੜੀ ਆਪਣੀ ਆਹਲੀ ਟੇਬ ਆਉਂਦੀ ਹੈ ਨਾ, ਜਿਵੇਂ ਮਰਜ਼ੀ ਪਾਣੀ ਪੂਣੀ ਮੀਂਹ ਮੂੰਹ ਲੱਗੀ ਜਾਵੇ ਜੀ ਇਹਨੂੰ, ਠੀਕ ਹੈ, ਕੋਈ ਰੰਗ ਫੇਡ ਹੋਣ ਦਾ ਡਰ ਨਾ, ਫੇਟ ਵੀ ਨਹੀਂ ਹੁੰਦਾ ਜੀ। ਠੀਕ ਹੈ, ਵਧੀਆ ਕੁਆਲਿਟੀ 'ਚ ਵਰਤੀ ਦਾ ਜੀ ਕੰਮ ਆਪਾਂ ਨੇ, ਜਿਹੜੀ ਵੀ ਆ ਵਧੀਆ ਕੁਆਲਿਟੀ 'ਚ ਟੇਪ ਲਾਈ ਦੀ ਆ, ਇਹ ਚਮਕਦੀ ਆ, ਇਹ ਰਿਫਲੈਕਟਿੰਗ ਟੇਪ ਹੈ, ਰਿਫਲੈਕਟਰ ਹੈ ਜੀ, ਇਹ ਸਾਰੀ ਰੇਡੀਅਮ ਆ। ਠੀਕ ਹੈ, ਹਾਂ, ਕੋਈ ਜੇ ਮਤਲਬ ਉਤਾਰੂਗਾ ਵੀ ਉਹ ਤਾਂ ਉਤਰਦੀ ਨਹੀਂ ਹੈਗੀ। ਠੀਕ ਹੈ ਬਾਈ, ਹਾਂਜੀ ਹਾਂਜੀ ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ, ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਵਧੀਆ ਰਹਿਣ ਵਾਲੀ ਹੈਗੀ। ਆਪਾਂ ਅਸੋ ਮਹੀਨਾ ਕੁ ਪਹਿਲਾਂ ਇੱਕ ਰੀਲ ਪਾਈ ਸੀ ਇੰਸਟਾਗ੍ਰਾਮ 'ਤੇ, ਜਿਹੜੀ ਬਹੁਤ ਜ਼ਿਆਦਾ ਵਾਇਰਲ ਹੋਈ, ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ, ਅਤੇ ਆਹ ਵਾਲੀ ਗੱਡੀ ਆ ਜਿਹੜੀ ਉੱਪਰ ਪਾਲਕ ਸਾਹਿਬ ਅੱਜ ਤਿਆਰ ਹੋਈ ਹੈ ਬਾਈ ਜੀ। ਮੈਂ ਤੁਸੀਂ ਰੀਲ ਵੀ ਦੇਖ ਰਹੇ ਹੋਵੋਗੇ, ਜਿਹੜੀ ਦੂਜੀ ਸੀਗੀ ਆਪਾਂ ਕੱਟ ਵੱਢ ਕਰ ਰਹੇ ਸੀ ਗੱਡੀ ਦੀ, ਅਤੇ ਆਹ ਵਾਲੀ ਗੱਡੀ ਦੇ ਉੱਤੇ ਤਿਆਰ ਹੋਈ ਆ, ਅਤੇ ਅੰਕਲ ਜੀ ਬਿਲਕੁਲ ਨਵੀਂ ਗੱਡੀ ਲੈ ਕੇ ਆਏ ਸੀਗੇ, ਅਤੇ ਜਿਹਦੇ ਉੱਪਰ ਪਾਲਕ ਸਾਹਿਬ ਤਿਆਰ ਹੋਈ ਹੈਗੀ, ਅਤੇ ਇਹਨਾਂ ਨਾਲ ਗੱਲਬਾਤ ਕਰ ਦਿਆਂਗੇ। ਅਤੇ ਬਾਈ ਜੀ ਕਿੱਥੋਂ ਆਏ ਨੇ? ਅੰਕਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਅੰਕਲ ਜੀ ਕਿੱਥੋਂ ਆਏ ਸਭ ਤੋਂ ਪਹਿਲਾਂ ਆਪਾਂ ਦੱਸੋ ਜੀ? ਸਾਡਾ ਜੀ ਪਿੰਡ ਮੌਜੇ ਵਾਲਾ, ਹਾਂਜੀ, ਤਹਿਸੀਲ ਧਰਮਕੋਟ, ਜ਼ਿਲ੍ਹਾ ਮੋਗਾ। ਠੀਕ ਹੈ ਜੀ, ਨਵੀਂ ਗੱਡੀ ਤਾਂ ਬਣਾਈ ਹੈ ਬਿਲਕੁਲ ਪਾਲਕ ਸਾਹਿਬ ਬਾਈ? ਨਵੀਂ ਜੀ, ਨਵੀਂ ਜਰਸੀ ਲੈ ਕੇ ਆਉਂਦੀ ਜੀ। ਠੀਕ ਹੈ, ਲਓ ਜੀ ਬਾਈ, ਨਵੀਂ ਗੱਡੀ ਸੀ ਬਿਲਕੁਲ, ਹੈ ਨਾ, ਅਤੇ ਬਾਈ ਜੀ ਹੋਰਾਂ ਸੋਚਿਆ ਵੀ ਅਸੀਂ ਅਗਰ ਗੁਰੂ ਨੂੰ ਭੇਟ ਕਰਨੀ ਤਾਂ ਬਿਲਕੁਲ ਨਵੀਂ ਗੱਡੀ ਕਰਨੀ ਹੈਗੀ। ਬਹੁਤ ਸੋਹਣੀ ਪਾਲਕ ਸਾਹਿਬ ਤਿਆਰ ਹੋਈ ਹੈਗੀ, ਜਿਹੜੀ ਆਪਾਂ ਤੁਹਾਨੂੰ ਸਾਰੀ ਦਿਖਾਵਾਂਗੇ ਵੀਡੀਓ ਦੇ ਵਿੱਚ ਕੀ ਕੁਛ ਇਹਦੇ ਵਿੱਚ ਲਾਇਆ ਜਿਹੜਾ ਆਪਾਂ। ਅਤੇ ਅੱਗੇ ਕਿੰਨੇ ਕੁ ਟਾਈਮ 'ਚ ਤਿਆਰ ਹੋ ਗਈ ਆਪਣੀ ਪਾਲਕ ਸਾਹਿਬ? ਇਹ ਜੀ ਤਕਰੀਬਨ 2 ਮਹੀਨੇ 'ਚ ਹੋ ਗਈ ਜੀ। 2 ਮਹੀਨੇ ਦੇ ਵਿੱਚ? ਹਾਂਜੀ। ਠੀਕ ਹੈ, ਅੱਛਾ, ਜਿਹੜਾ ਬਾਈ ਜੀ ਹੋਰਾਂ ਨੇ ਕੰਮ ਕਰਿਆ ਹੈ ਨਾ, ਜਿਵੇਂ ਪਾਲਕ ਸਾਹਿਬ ਦਾ ਸਾਰੀ ਤਿਆਰ ਕਰੀ ਹੈਗੀ, ਕਿਵੇਂ ਲੱਗਿਆ ਕੰਮ ਤੁਹਾਨੂੰ? ਬਹੁਤ ਵਧੀਆ ਲੱਗਾ ਜੀ, ਬਹੁਤ ਵਧੀਆ। ਠੀਕ ਹੈ ਜੀ, ਅੱਛਾ, ਜਿਹੜਾ ਤੁਹਾਨੂੰ ਕਿਹਾ ਸੀਗਾ ਉਹੀ ਕੁਛ ਲਾਇਆ ਜਾਂ? ਹਾਂਜੀ ਹਾਂਜੀ, ਜੋ ਸਾਡੇ ਨਾਲ ਗੱਲ ਕੀਤੀ ਉਹੀ ਸਾਰਾ ਕੁਛ ਹੀ ਲਾਈ। ਠੀਕ ਹੈ ਜੀ, ਓਕੇ। ਅਤੇ ਇਹ ਮਤਲਬ ਪਾਲਕੀ ਸਾਹਿਬ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਣੀ ਹੈ? ਇਹ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਜੀ, ਨਗਰ ਦਾ। ਹਾਂਜੀ ਹਾਂ, ਸਿੰਘ ਸਭਾ ਗੁਰਦੁਆਰਾ ਪਿੰਡ ਮੌਜੀ ਵਾਲੇ ਦਾ। ਠੀਕ ਹੈ ਜੀ, ਲਓ ਬਾਈ ਜੀ, ਹੈ ਨਾ, ਐਂਡ ਤੱਕ ਬਣੇ ਰਹੋ, ਤੁਹਾਨੂੰ ਦਿਖਾਵਾਂਗੇ ਸਾਰੀ ਪਾਲਕ ਸਾਹਿਬ ਕੀ ਕੁਛ ਇਹਦੇ ਵਿੱਚ ਲੱਗਿਆ ਹੈ। ਠੀਕ ਹੈ, ਐਂਡ ਤੱਕ ਬਣੇ ਰਹੋ, ਅਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਬਣਾਉਣਾ ਜੀ। ਆ ਜਾਓ, ਆਪਾਂ ਤੁਹਾਨੂੰ ਦਿਖਾਉਂਦੇ ਹਾਂ ਪਾਲਕ ਸਾਹਿਬ। ਹਾਂਜੀ ਬਾਈ, ਆਪਾਂ ਧੂਰੀ ਸ਼ਹਿਰ 'ਚ ਖੜੇ ਅੱਜ ਆਪਾਂ, ਅਤੇ ਅੰਕਲ ਜੀ ਆਪਣੇ ਨਾਲ ਨੇ, ਗੱਲਬਾਤ ਕਰਾਂਗੇ ਇਹਨਾਂ ਨਾਲ। ਅੰਕਲ ਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅਤੇ ਆਪਾਂ ਹੈ ਨਾ, ਜੇ ਮੈਂ ਦੱਸਿਆ ਜੀ ਪਾਲਕ ਸਾਹਿਬ ਦੀ ਆਪਾਂ ਇੱਕ ਰੀਲ ਪਾਈ ਸੀਗੀ ਜਦੋਂ, ਹੈ ਨਾ, ਆਪਾਂ ਕਰ ਰਹੇ ਸੀ ਕਟਿੰਗ, ਕਰ ਰਹੇ ਸੀਗੇ ਆਪਾਂ ਤਿਆਰ ਹੋਣੀ ਹੈਗੀ। ਬਹੁਤ ਮਿੱਤਰਾਂ ਨੇ ਪੁੱਛਿਆ ਵੀ ਸੀ ਵੀ ਕੀ ਤਿਆਰ ਕਰ ਰਹੇ ਹੋ ਨਾ ਵੱਢ ਕੇ, ਅਤੇ ਅੱਜ ਆਪਾਂ ਸਾਰੇ ਰੂਬਰੂ ਕਰਤੀ, ਅਤੇ ਜਿਹੜੀ ਪਾਲਕ ਸਾਹਿਬ ਮੈਂ ਦੇਖ ਰਿਹਾ ਜਿਹੜੀ ਆਪਾਂ ਅੱਗੇ ਵੀ ਬਣਾਉਣਾ ਨਾ, ਉਹਦੇ ਨਾਲੋਂ ਕਿਤੇ ਜ਼ਿਆਦਾ ਆਪਾਂ ਕਹਿੰਦੇ ਵੀ ਨਿਖਰ ਗਈ ਹੈ ਇਹਦੀ, ਹੋਰ ਨਾ ਜੀ। ਇਹਦੇ ਵਿੱਚ ਬਹੁਤ ਚੀਜ਼ਾਂ ਵੱਖਰੀਆਂ ਲੱਗੀਆਂ ਜਿਹੜੀ ਮੈਂ ਦੇਖ ਰਹੇ, ਅਤੇ ਇਹ ਬਾਕੀ ਨਾਲੋਂ ਉੱਚੀ ਵੀ ਹੈ ਜਿਹੜੀ, ਹੈ ਨਾ ਜੀ ਇਹ? ਹਾਂਜੀ। ਅਤੇ ਇਹ ਕਿੰਨੇ ਟਾਈਮ 'ਚ ਤਿਆਰ ਹੋਈ ਹੈ, ਅਤੇ ਇਹਦੇ ਵਿੱਚ ਕੀ ਕੁਛ ਲੱਗਿਆ ਹੈ ਜੀ? ਇਹ ਜੀ ਆਪਾਂ ਨੇ 2 ਮਹੀਨੇ 'ਚ ਤਿਆਰ ਕੀਤੀ ਹੈ ਜੀ। 2 ਮਹੀਨੇ ਦੇ ਵਿੱਚ? ਹਾਂਜੀ ਹਾਂ। ਠੀਕ ਹੈ, ਅਤੇ ਬਾਕੀ 1.25 ਫੁੱਟ ਉੱਚ ਆਈ ਹੈ ਜੀ। 1.25 ਫੁੱਟ? ਹਾਂਜੀ। ਠੀਕ ਹੈ ਜੀ, ਅਤੇ ਜਿਹੜੀ ਆਪਾਂ ਮਤਲਬ ਵਿੱਚੋਂ ਬਣਾਈ ਹੈ ਜੀ, ਆਹ ਚੀਜ਼ ਆਪਾਂ ਨੇ ਸਾਰੀ ਕਟਿੰਗ ਕਰਕੇ ਨਾਲ ਦੀਆਂ ਟਾਕੀਆਂ, ਠੀਕ ਹੈ, ਅਤੇ ਨਾਲ ਦੇ ਛੱਤ ਆਪਾਂ ਨੇ ਨਾਲ ਰੱਖੀ ਨਹੀਂ ਜੀ, ਉਹ ਸਾਰੀ ਆਪਾਂ ਨੇ ਆਪ ਤਿਆਰ ਕੀਤੀ ਜੀ। ਅੱਛਾ, ਇੱਥੋਂ ਵੀ ਅੰਦਰੋਂ ਵੀ ਕੈਬਿਨ ਵੀ? ਸਾਰਾ ਕੈਬਿਨ ਤਿਆਰ ਕੀਤਾ ਜੀ ਆਪਾਂ। ਠੀਕ ਹੈ, ਲਓ ਬਾਈ ਜੀ, ਹੁਣ ਇਹਦਾ ਅੰਦਰਲਾ ਕੈਬਿਨ ਜਿਹੜਾ ਮੇਨ ਹੁੰਦਾ ਗੱਡੀ ਦਾ, ਇਹ ਵੀ ਬਾਈ ਜੀ ਹੋਰਾਂ ਨੇ ਦੁਬਾਰਾ ਤਿਆਰ ਕਰਿਆ? ਬਾਕੀ ਡਬਲ ਪੋਰਸ਼ਨ ਆ ਜੀ, ਉੱਪਰਲੇ ਪਾਸੇ ਮਹਾਰਾਜ ਸਰੂਪ, ਨੀਚੇ ਆਪਣੇ ਇਹ ਕੈਬਿਨ ਆ ਗਏ ਜੀ। ਠੀਕ ਹੈ, ਜਿੱਥੇ ਆਪਾਂ ਜਿਹੜੇ ਗੱਡੀ, ਹਾਂਜੀ ਹਾਂਜੀ ਹਾਂ, ਗੱਡੀ ਚਲਾਉਣ ਵਾਸਤੇ ਜੀ। ਠੀਕ ਹੈ ਜੀ, ਲਓ ਬਾਈ, ਹੈ ਨਾ, ਦੇਖੋ ਆਹ ਵਾਲੀ ਗੱਡੀ ਦੇ ਟਾਕੀਆਂ ਵੀ ਬਿਲਕੁਲ ਨਵੀਆਂ ਲਾਈਆਂ ਦੁਬਾਰਾ ਤਿਆਰ ਕਰਕੇ। ਬਾਕੀ ਆਹ ਗੋਲਕਾਂ ਆ ਗਈਆਂ ਜੀ, ਜਿਹੜੀ ਆਪਾਂ ਜਿਸ ਤਰ੍ਹਾਂ ਆਪਾਂ ਅੱਗੇ ਬਣਾਉਣਾ ਜੀ, ਇਹਨਾਂ 'ਚ ਥੋੜ੍ਹੀ ਜਿਹੀ ਸੋਧ ਕੀਤੀ ਹੋਈ ਜੀ ਹੋਰ। ਹਾਂਜੀ, ਠੀਕ ਹੈ ਨਾ ਜੀ, ਇਹ ਇਹ ਪੂਰੀ ਲੱਕੜ ਦੀ ਆ? ਹਾਂਜੀ ਹਾਂਜੀ, ਪਲਾਈ ਦਾ ਜੀ, ਅੱਗੇ ਪਿੱਛੇ ਹੋ ਸਕਦੀ? ਅੱਗੇ ਪਿੱਛੇ? ਹਾਂਜੀ। ਠੀਕ ਹੈ, ਅੰਦਰਲੇ ਪਾਸੇ ਨੇ ਖੋਲਣਾ ਜੀ, ਆਹ ਸਲਾਈਡਿੰਗ ਸੀਸਰ ਨੇ ਜੀ। ਠੀਕ ਹੈ ਜੀ, ਥੋੜ੍ਹੇ ਪਾਸੇ ਪ੍ਰਸ਼ਾਦ ਦੇਣ ਵਾਸਤੇ, ਹਾਂਜੀ, ਆਪਾਂ ਨੇ ਗੁਰੂ ਸਾਹਿਬ ਨੂੰ ਰੁਮਾਲਾ ਸਾਹਿਬ ਦੇਣਾ ਜੀ, ਆਪਾਂ ਸਰੋਪਾ ਦੇਣਾ ਜਾਂ ਆਪਾਂ ਨੇ ਪ੍ਰਸ਼ਾਦ ਦੇਣਾ ਜੀ। ਠੀਕ ਹੈ,
ਅੱਛਾ ਮੈਂ ਇੱਕ ਚੀਜ਼ ਆ ਦੇਖ ਰਿਹਾ ਸਾਈਡ ਤੋਂ ਜਿਹੜੀ ਹੈ ਨਾ ਆਪਣੀ ਆਹ ਸੀਟ ਲੱਗੀ ਹੋਈ ਜਿਹੜੀ ਆਹ ਚੀਜ਼, ਹਾਂਜੀ ਬਾਈ ਜੀ ਹੋਰਾਂ ਨੇ ਵੀ ਦੱਸਿਆ ਵੀ ਆਹ ਚੀਜ਼ ਬੜੀ ਵਧੀਆ ਲੱਗੀ ਹੈ ਵੀ, ਨਹੀਂ ਤਾਂ ਕਈ ਮੈਂ ਦੇਖਦਾ ਨਾ ਵੀ ਬਿਲਕੁਲ ਸਿੱਧੀਆਂ ਲੱਗੀਆਂ ਹੁੰਦੀਆਂ ਗੱਡੀ ਦੇ ਵਿੱਚ। ਹਾਂਜੀ ਇਹ ਜਿੱਦਾਂ ਹੈਗੀ ਕਿ ਉਦਾਂ ਹੀ ਗਲਾਈ ਦੇ ਵਿੱਚ ਬਣੀ ਹੋਈ ਹੈ ਨਾ, ਇਹ ਸਾਰੀ ACP ਸੀਟ ਲਾਈ ਹੋਈ ਹੈ ਆਪਣੇ, ਠੀਕ ਹੈ ਜਿਸ ਤਰ੍ਹਾਂ ਗੱਡੀ ਦੀ ਸ਼ੇਪ ਹੈ ਜੀ ਉਸ ਤਰ੍ਹਾਂ ਸੇਮ ਦਿੱਤੀ ਹੋਈ ਹੈ ਆਪਣੇ, ਠੀਕ ਹੈ ਜੀ। ਹਾਂਜੀ ਬਾਕੀ ਆ ਬੈਕ ਦੇ ਟੂਲ ਬਾਕਸ ਆ ਗਿਆ ਜੀ, ਹਾਂਜੀ ਇਹ ਵਾਲਾ ਜੀ, ਓਕੇ ਇਹਦੇ ਵਿੱਚ ਆਪਾਂ ਕੋਈ ਵੀ ਸਮਾਨ ਤਾਂ ਰੱਖ ਸਕਦੇ। ਹਾਂਜੀ ਹਾਂਜੀ ਠੀਕ ਹੈ ਜੀ। ਬਾਕੀ ਵਿੱਚੋਂ ਆਪਾਂ ਨੇ ਇਹਦੇ ਜਿਹੜੀ ਪਲਕ ਸਾਹਿਬ ਬਣਾਈ ਹੈ ਜੀ, ਹਾਂਜੀ ਹਾਂਜੀ ਆ ਦੋਨੇ ਪਾਸੇ ਗੋਲਕਾਂ ਆ ਗਈਆਂ ਜੀ, ਠੀਕ ਹੈ ਦੋਨੇ ਪਾਸੇ ਤਾਂ ਗੋਲਕਾਂ ਖੁੱਲਦੀਆਂ ਨੇ ਜੀ ਇਹ ਵਾਲੀਆਂ, ਤੇ ਬਾਕੀ ਆ ਪੱਖੇ ਆ ਗਏ ਜੀ ਚਾਰੇ, ਸਪੀਕਰ ਆ ਗਏ ਜੀ ਚਾਰ ਪੱਖੇ, ਹਾਂਜੀ ਹਾਂਜੀ ਇਹ ਆਪਾਂ ਨੇ ਜਿਹੜਾ ਡੈਕ ਲਾਇਆ ਜੀ, ਹਾਂਜੀ ਇਹਦੇ ਨਾਲ ਮੈਕ ਵੀ ਹੈ ਜੀ, ਓਕੇ ਵੀ ਅਗਰ ਉਹਦੇ ਗ੍ਰੰਥੀ ਸਾਹਿਬ ਨੇ ਆਪਣੇ ਪਲਕ ਸਾਹਿਬ ਰੋਕਣੀ ਹੈ ਜਾਂ ਸਤਨਾਮ ਵਾਹਿਗੁਰੂ ਜਾਪ ਕਰਨਾ ਹੈ, ਹਾਂਜੀ ਜਾਂ ਆਪਾਂ ਗੁਰਦੁਆਰਾ ਸਾਹਿਬ ਤੋਂ ਮਾੜਾ ਸਰੂਪ ਲੈ ਕੇ ਜਾਂਦੇ ਘਰੇ, ਉਸ ਟਾਈਮ ਸਤਨਾਮ ਵਾਹਿਗੁਰੂ ਆਪਾਂ ਕਈ ਵਾਰੀ ਆਪਾਂ ਇਹਦੀ ਚਿੱਪ ਵੀ ਨਹੀਂ ਲਾਉਂਦੇ, ਆਪਾਂ ਸਤਨਾਮ ਵਾਹਿਗੁਰੂ ਜਾਪ ਵੀ ਕਰ ਸਕਦੇ ਹਾਂ ਆਪ ਵਿੱਚ ਕਰ ਸਕਦੇ ਹਾਂ। ਤੇ ਬਾਕੀ ਬੈਕ ਤੇ ਇੱਕ ਏਸੀ ਅਲੱਗ ਆ ਗਿਆ ਜੀ, ਇੱਕ ਤਾਂ ਕੰਪਨੀ ਵੱਲੋਂ ਹੈ ਜੀ ਫਰੰਟ ਅੱਗੇ, ਇੱਕ ਡਬਲ ਏਸੀ ਮਤਲਬ ਡਬਲ ਬਲੋਰ ਦੋ ਨੇ ਜੀ, ਠੀਕ ਹੈ ਏਸੀ ਪੂਰਾ ਕਾਮ, ਏਸੀ ਪੂਰਾ ਕਾਮਯਾਬ ਜੀ, ਠੀਕ ਹੈ ਲਓ ਬਾਈ ਜੀ ਨਾ ਏਸੀ ਵੱਡਾ ਵੱਡਾ ਏਸੀ ਲੱਗਿਆ ਹੋਇਆ ਜੀ ਇਹ ਅਨੋ ਵਾਲਾ, ਹਾਂਜੀ ਹਾਂਜੀ ਤੇ ਚਾਰੇ ਪੱਖੇ ਹਵਾ ਖਣਾਉਣ ਵਾਸਤੇ ਕੂਲਿੰਗ ਵਾਸਤੇ, ਠੀਕ ਹੈ ਜੀ। ਬਾਕੀ ਆ ਗ੍ਰੰਥੀ ਸਿੰਘ ਵਾਸਤੇ ਆ ਗਿਆ ਸਾਡਾ ਸਭ, ਹਾਂਜੀ ਹਾਂਜੀ ਆ ਗਿਆ ਜੀ ਆਪਣਾ ਮਾਰਾ ਸਰੂਪ ਵਾਸਤੇ ਉੱਪਰ ਤਾਂ ਮੰਜੀ ਸਾਹਿਬ ਆ ਗਈ, ਠੀਕ ਹੈ ਜੀ। ਤੇ ਬਾਕੀ ਅਸੀਂ ਸਾਈਡ ਤੋਂ ਜਿਹੜੀ ਆ ਟਾਕੀ ਹੈ ਜੀ, ਹਾਂਜੀ ਇਹ ਵੀ ਖੁੱਲਦੇ ਕੀਤੀ ਵੀ ਹੈ ਜੀ, ਠੀਕ ਹੈ ਬਾਹਰ ਦੀ ਆਪਾਂ ਦਿਖਾਉਣੇ ਹੈਗੇ ਬਾਹਰ ਦੀ, ਹਾਂਜੀ ਇੱਥੋਂ ਆਪਾਂ ਮਤਲਬ ਵੀ ਜਿਵੇਂ ਹੁਣ ਇੱਥੇ ਗ੍ਰੰਥੀ ਸਿੰਘ ਬੈਠਾ ਜੀ, ਹਾਂਜੀ ਹਾਂ ਤੇ ਮਹਾਰਾ ਆਪਾਂ ਨੇ ਬਾਹਰੋਂ ਮਹਾਰਾ ਸਰੂਪ ਲੈਣਾ ਜੀ, ਆਪਾਂ ਨੇ ਆਪਾਂ ਬਾਹਰੋਂ ਫਿਰ ਫੜ ਕੇ ਹੋਰ ਆਪਾਂ ਮੰਜੀ ਸਾਹਿਬ ਦੇ ਪ੍ਰਕਾਸ਼ ਕਰ ਸਕਦੇ, ਠੀਕ ਹੈ ਜੀ ਵੀ ਪਿੱਛੋਂ ਦੀ ਵੀ ਲੈ ਕੇ ਆ ਸਕਦੇ ਦੋਨੇ ਸੁਵਿਧਾ ਦੋਨੇ ਪਾਸੇ ਜੀ, ਠੀਕ ਹੈ ਦੋਨੇ ਪਾਸੇ ਸੁਵਿਧਾ ਦੋਨੇ ਪਾਸੇ ਸੁਵਿਧਾ ਜੀ, ਇੱਧਰ ਵੀ ਜੀ ਉੱਧਰ ਵੀ, ਓਕੇ ਲਓ ਬਾਈ ਹੈ ਨਾ। ਅਤੇ ਅੱਜ ਆਪਾਂ ਜਿਹੜੇ ਖੜੇ ਸੀਗੇ ਆਪਾਂ ਦਸ਼ਮੇਸ਼ ਬੋਡੀ ਬਿਲਡਰ ਸਾਰੋ ਵਾਲੇ ਧੂਰੀ ਸ਼ਹਿਰ 'ਚ ਖੜੇ ਹਾਂ ਬਾਈ ਆਪਾਂ, ਹੈ ਨਾ ਅਤੇ 2 ਤਰੀਕ 2024 ਦੀ ਡੇਟ ਆ ਬਾਈ ਜੀ, ਅਤੇ ਆਹ ਬਾਈ ਜੀ ਫਿਰ ਨੰਬਰ ਨੇ ਅਗਰ ਕਿਸੇ ਭਰਾ ਨੇ ਵੀ ਤਿਆਰ ਕਰਵਾਉਣੀ ਹੋਵੇ ਹੈ ਨਾ ਇਹ ਪਾਲਕ ਸਾਹਿਬ ਤਾਂ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਇਹਨਾਂ ਤੋਂ। ਅਤੇ ਬਾਕੀ ਬਾਈ ਜੀ ਆਪਣੇ ਲਈ ਕਈ ਆਪਾਂ ਕਹਿੰਦੇ ਵੀ ਪਾਲਕ ਸਾਹਿਬ ਜਿਵੇਂ ਕਈ ਹੁੰਦੀ ਹੈ ਵੀ ਆਪਣੇ ਲਈ ਬਣੀ ਖੜੀ ਹੋਵੇ ਜਾਂ ਕਿੱਦਾਂ? ਨਹੀਂ ਜੀ ਆਪਾਂ ਆਪਦੇ ਕੋਲੋਂ ਜੋ ਵੀ ਆਪਾਂ ਨੂੰ ਮਤਲਬ ਗੁਰਦੁਆਰਾ ਸਾਹਿਬ ਤੋਂ ਜਾਂ ਕਮੇਟੀ ਵਾਲੇ ਆਪਾਂ ਨੂੰ ਵੀਰ ਕਹਿੰਦੇ ਨੇ ਵੀ ਤੁਸੀਂ ਆਪ ਤਿਆਰ ਕਰ ਦਿਓ, ਤਾਂ ਅਸੀਂ ਗੱਡੀ ਆਪਦੀ ਆਪ ਲਾ ਕੇ ਵੀ ਤਿਆਰ ਕਰ ਦਿੰਦੇ ਜੀ, ਠੀਕ ਹੈ। ਕਈ ਵਾਰੀ ਗੱਡੀ ਹੁੰਦੀ ਹੈ ਜੀ ਆਪਾਂ ਉਹ 'ਤੇ ਤਿਆਰ ਕਰ ਦਿੰਦੇ, ਠੀਕ ਹੈ। ਅਤੇ ਇਹਦੇ ਲਈ ਕਿਹੜੀ ਕਿਹੜੀ ਗੱਡੀ ਆਪਾਂ ਕਹਿੰਦੇ ਵਧੀਆ ਹੁੰਦੀ ਹੈ ਜੀ? ਇਹ ਤਾਂ ਐਂ ਜਿਵੇਂ ਆਪਾਂ ਨੇ ਮਰੂਤੀ ਛੱਡਤੀ ਜੀ, ਮਰੂਤੀ ਬੈਨ ਛੱਡਤੀ ਜਿਵੇਂ 800 CC ਹੈ ਜੀ, 800 CC ਛੱਡ ਕੇ ਜਿਹੜੀ 800 CC ਤੋਂ ਉੱਪਰ ਨੇ ਜਿਵੇਂ 1200 1400 ਆ ਗਈ ਜੀ, 1800 ਜਾਂ 2000 ਆ ਗਈ, ਉਹ ਗੱਡੀ ਕਾਮਯਾਬ ਹੈ ਜੀ। ਛੋਟੀ ਗੱਡੀ ਹੈ ਜੀ ਉਹ ਕਾਮਯਾਬ ਨਹੀਂ ਹੈ, ਠੀਕ ਹੈ ਜੀ। ਅਤੇ ਮੈਂ ਫਰੰਟ ਵੀ ਦੇਖ ਰਿਹਾ ਆਪਣੇ ਇਹ ਹੋ ਗਿਆ ਅਤੇ ਆਪਣਾ ਜਿਹੜਾ ਫਰੰਟ ਵਾਲਾ ਗਾਰਡ ਹੋ ਗਿਆ, ਹਾਂਜੀ ਇਹ ਵੀ ਸਾਰਾ ਆਪਣਾ, ਇਹ ਸਾਰਾ ਸੇਫਟੀ ਵਾਸਤੇ ਜੀ, ਸਾਰਾ ਸੇਫਟੀ ਵਾਸਤੇ ਵੀ ਆਪਾਂ ਨੂੰ ਅੱਧਲੇ ਪਾਸੇ ਆਪਾਂ ਨੂੰ ਕੋਈ ਕਿਸੇ ਵੀ ਚੀਜ਼ ਦੀ ਕੋਈ ਆਪਣਾ ਪ੍ਰੋਬਲਮ ਨਾ ਆਵੇ, ਠੀਕ ਹੈ। ਇਹ ਸਾਰਾ ਆਪਣੇ ਵਰਕਸ਼ਾਪ 'ਚ ਤਿਆਰ ਹੋਇਆ, ਆਪਣੇ ਆਪ ਤਿਆਰ ਕੀਤਾ ਹੋਈ ਜੀ, ਹਾਂਜੀ ਸਾਰਾ ਹੈਂਡਵਰਕ ਕੰਮ ਜੀ ਆਪਣਾ, ਠੀਕ ਹੈ। ਕੋਈ ਇਹ ਨਹੀਂ ਗਾ ਵੀ ਆਪਾਂ ਬਾਹਰੋਂ ਲਾਇਆ, ਨਾ ਜੀ ਨਾ, ਬਾਕੀ ਮੂਹਰੇ ਪਫਾਰਾ ਜਿਸ ਤਰ੍ਹਾਂ ਆਪਾਂ ਅੱਗੇ ਦਿੰਦੇ ਹਾਂ ਜੀ, ਹਾਂਜੀ ਹਾਂ, ਪਫਾਰੇ ਨੂੰ ਆਪਾਂ ਜਿੰਨਾ ਮਰਜ਼ੀ ਮਤਲਬ ਖੋਲ ਵੀ ਸਕਦੇ ਹਾਂ, ਘੱਟ ਕਰ ਲਓ ਵੱਧ ਕਰ ਲਓ, ਠੀਕ ਹੈ, ਇਹਨੂੰ ਘਟਾ ਵੀ ਸਕਦੇ ਹਾਂ ਵਧਾ ਵੀ ਸਕਦੇ ਹਾਂ, ਠੀਕ ਹੈ। ਇਹ ਜਿਵੇਂ ਸਿਰ ਤੱਕ ਪਾਈਪ ਨਾਲ ਚੱਲਣਾ ਜੀ ਦੂਰ ਤੱਕ, ਠੀਕ ਹੈ, ਜਦੋਂ ਪਾਣੀ ਪਹੁੰਚ ਗਿਆ, ਹਾਂਜੀ ਹਾਂਜੀ ਪਹੁੰਚ, ਪਾਣੀ ਗਾਹਾਂ ਤੱਕ ਪਹੁੰਚ ਗਿਆ ਨਾ, ਸਪਲਾਈ ਸਹੀ ਹੋ ਗਈ, ਠੀਕ ਹੈ, ਆਪਾਂ ਉਹਨੂੰ ਘਟਾ ਦਿਓ ਜੀ ਇਹਨੂੰ ਗੇਟ ਵੱਲ ਤੋਂ, ਠੀਕ ਹੈ, ਇਹਨੂੰ ਵਧਾ ਵੀ ਸਕਦੇ ਘਟਾ ਵੀ ਸਕਦੇ ਹਾਂ, ਓਕੇ। ਲਓ ਬਾਈ ਜੀ ਹੈ ਨਾ, ਦੇਖੇ ਤੁਸੀਂ ਕਮੈਂਟ ਕਰਕੇ ਦੱਸੋ ਬਾਈ ਜੀ ਵੀ ਕਿਵੇਂ ਲੱਗਿਆ। ਇੱਕ ਮੈਂ ਹੋਰ ਮੇਨ ਗੱਲ ਦੱਸਾਂ, ਜਿਹੜਾ ਫਰੰਟ 'ਤੇ ਸ਼ੀਸ਼ਾ ਲੱਗਿਆ ਇਹ ਸਾਰਾ ਇੱਕੋ ਹੀ ਸ਼ੀਸ਼ਾ ਲੱਗਿਆ, ਇਹ ਸਾਰਾ 1 ਪੀਸ ਹੈ ਜੀ, ਨਾਲ ਦਾ ਸ਼ੀਸ਼ਾ ਨਹੀਂ ਜੀ, ਆਪਾਂ ਨੇ ਬਾਅਦ 'ਚ ਆਪ ਤਿਆਰ ਕਰਵਾ ਕੇ ਪਾਏਗਾ, ਠੀਕ ਹੈ। ਨੀਚੇ ਉਹ ਲੈ ਕੇ ਤਾਂ ਦਾ ਉੱਪਰ 1 ਪੀਸ ਹੈ ਜੀ, 2 ਪੀਸ ਨਹੀਂ ਹੈ ਜਿਸ ਤਰ੍ਹਾਂ ਇਸ ਨੂੰ ਕਈ ਬੰਦੇ ਨੂੰ ਦਿਖ ਰਿਹਾ ਵੀ 2 ਪੀਸ ਨਹੀਂ ਹੈ ਇਹ 1 ਪੀਸ ਹੈ ਜੀ। ਇਹ ਆਪਾਂ ਜੋ ਆਪਾਂ ਫਰੰਟ 'ਤੇ ਖੜੇ ਹੋਵਾਂਗੇ ਆਪਾਂ ਨੂੰ ਐਂ ਲੱਗੂ ਜਿੱਦਾਂ ਇੱਕ ਮਿੰਨੀ ਬੱਸ ਹੁੰਦੀ ਹੈ ਨਾ, ਐਂ ਦੀ ਹਰ ਇੱਕ ਗਲੀ ਹੈ ਜਿੱਥੇ ਮਤਲਬ ਗੱਡੀ ਜਾਂਦੀ ਹੈ ਕਾਰ ਜਾਂਦੀ ਹੈ ਹਰ ਇੱਕ ਜਗ੍ਹਾ ਪਾਲਕ ਸਾਹਿਬ ਜਾਊ ਜੀ, ਠੀਕ ਹੈ ਜੀ। ਲਓ ਬਾਈ ਹੈ ਨਾ, ਅਤੇ ਕਿਵੇਂ ਲੱਗੀ ਪਾਲਕ ਸਾਹਿਬ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ।
ਤੇ ਉੱਪਰ ਦੀ ਗੱਲ ਕਰਾਂ, ਉੱਪਰ ਹੂਟਰ ਬੱਤੀ, ਉੱਪਰ ਹੂਟਰ ਆ ਗਿਆ ਜੀ, ਬੱਤੀ ਆ ਗਈ, ਚਾਰੇ ਲੈਂਪ ਆ ਗਏ ਜੀ। ਠੀਕ ਹੈ, ਅਤੇ ਬਾਕੀ ਅੰਦਰ ਸਾਰੀ ਨਾਲ ਉੱਪਰ ਜੁੰਟ ਆ ਗਈ ਜੀ, ਸਤਨਾਮ ਵਾਹਿਗੁਰੂ ਜਾਪ ਕਰਨ ਵਾਸਤੇ। ਹਾਂਜੀ, ਤੇ ਬਾਈ ਹੈ ਨਾ ਜਿਹੜੇ ਸਟਿੱਕਰ ਵਗੈਰਾ ਲੱਗੇ ਹੋਏ ਨੇ ਸਾਰੇ, ਮੈਂ ਬਾਈ ਸ਼ਿੰਦੇ ਨੇ ਲਾਏ ਨੇ। ਹਾਂਜੀ, ਤੇ ਉਹਨਾਂ ਨਾਲ ਵੀ ਗੱਲ ਕਰਾਉਣਾ ਐਤਕੀ, ਉਹਨਾਂ ਨੇ ਬਹੁਤ ਕੁਛ ਇਹਦੇ ਵਿੱਚ। ਇਹ ਆਪਣਾ ਬੈਟਰੀ ਬਾਕਸ ਆ ਗਿਆ ਜੀ। ਹਾਂਜੀ, ਜਿਹੜਾ ਦੂਸਰੇ ਪਾਸੇ ਜੀ, ਉੱਧਰ ਆਪਣਾ ਏਅਰ ਫਿਲਟਰ ਆ ਗਿਆ ਜੀ। ਏਅਰ ਫਿਲਟਰ ਆ। ਹਾਂਜੀ, ਠੀਕ ਹੈ, ਅਤੇ ਠੀਕ ਆ ਜੀ ਹੈ ਨਾ। ਅਤੇ ਬਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂ ਮੈਂ, ਅਤੇ ਉਹਨਾਂ ਨੂੰ ਪੁੱਛੇ ਵੀ ਇਹਦੇ ਵਿੱਚ ਆਪਾਂ ਕੀ ਕੁਛ ਐਤਕੀ ਹੋਰ ਨਵਾਂ ਐਡ ਆਨ ਕਰਿਆ। ਹਾਂਜੀ ਬਾਈ ਜੀ, ਬਾਈ ਸ਼ਿੰਦਾ ਆਪਣੇ ਨਾਲ ਹੈ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਬਾਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਨਾ ਜੀ। ਅਤੇ ਬਾਈ ਜੀ, ਐਤਕੀ ਜਿਹੜੀ ਪਾਲਕ ਸਾਹਿਬ ਤਿਆਰ ਕਰੀ ਆ ਤੁਹਾਨੇ, ਬਾ ਕਮਾਲ, ਮਤਲਬ ਵੀ ਰੰਗ ਭਾਗ ਲਾਤੇ ਹੈ ਨਾ ਤੁਹਾਨੇ ਵੀ, ਅਤੇ ਬੜੀ ਵਧੀਆ ਸੇਵਾ ਤੁਹਾਡੀ ਬਾਈ ਜੀ ਹੈ ਨਾ। ਅਤੇ ਬਾਈ, ਐਤਕੀ ਪਾਲਕ ਸਾਹਿਬ ਦੇ ਵਿੱਚ ਆਪਾਂ ਕੀ ਕੁਛ ਐਡ ਨਵਾਂ ਕਰਿਆ, ਜਿਹੜਾ ਮੈਂ ਦੇਖ ਰਿਹਾ ਬਹੁਤ ਕੁਛ ਨਵਾਂ ਕਰਿਆ ਹੈ ਤੁਹਾਨੇ, ਪਰ ਤੁਸੀਂ ਆਪ ਦੱਸੋ ਹੈ ਨਾ। ਬਹੁਤ ਕੁਛ ਨਵਾਂ ਕੀਤਾ ਹੋਇਆ ਜੀ, ਇਹ ਤਾਂ ਬਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਹੁੰਦਾ ਜੀ। ਆਏ ਵਾਰੀ ਕੰਮ ਇਹਦਾ ਵੀ ਹੁੰਦਾ, ਜਦੋਂ ਅਸੀਂ ਸ਼ੁਰੂ ਕਰਦੇ ਹਾਂ ਕੰਮ, ਸਾਨੂੰ ਕੁਛ ਨਹੀਂ ਪਤਾ ਜੀ, ਮਤਲਬ ਕਿ ਮਹਾਰਾਜ ਦੀ ਕਿਰਪਾ ਨਾਲ ਇਹ ਆਪਣੇ ਆਪ ਹੁੰਦਾ ਜਾਂਦਾ ਜੀ। ਜਿਵੇਂ ਦੀ ਹੁਣ ਆਹ ਚੀਜ਼ਾਂ ਤੁਸੀਂ ਦੇਖੀਆਂ ਹੋਣਗੀਆਂ, ਇਹ ਬਿਲਕੁਲ ਨਵੀਂ ਹੈ ਜੀ। ਉਹਨਾਂ ਨੇ ਲੁਕਿੰਗ ਗਲਾਸ ਵੱਧ ਲਾ ਤੇ ਤੁਸੀਂ ਉਹਨਾਂ ਦੇ ਟਿਪ ਲਾ ਦਿੱਤੇ। ਹਾਂ, ਲੁਕਿੰਗ ਗਲਾਸ ਥੋੜੇ ਜ਼ਿਆਦਾ ਹੋ ਗਿਆ ਸੀਗਾ, ਨਾਲੇ ਡਿਜ਼ਾਈਨਿੰਗ ਨਵੀਂ ਬਣਾਤੀ ਆਪਣੇ, ਬਹੁਤ ਸੋਹਣੇ ਹੋ ਗਏ, ਬਹੁਤ ਸੋਹਣਾ ਲੱਗਣ ਲੱਗ ਗਿਆ ਜੀ ਇਹਦੇ ਨਾਲ ਕੰਮ। ਆ ਦੇਖੋ ਜੀ, ਆਹ ਤਾਕੀ ਤੇ ਬਣਿਆ ਹੋਇਆ ਜੀ, ਆਹ ਚੈੱਕ ਕਰੋ, ਬਹੁਤ ਸੋਹਣਾ ਬਣਿਆ ਹੋਇਆ, ਆਹ ਵਾਲਾ ਬਹੁਤ ਸੋਹਣਾ ਲੱਗਦਾ ਬਾਈ। ਤੇ ਆਹਲੀਆਂ ਮੈਂ ਜਿਵੇਂ ਆਹ ਚੀਜ਼ਾਂ ਦੇਖ ਰਿਹਾ, ਕੋਰਾ ਹੋ ਗਿਆ, ਇਹਨਾਂ ਦੇ ਵਿਚਕਾਰ ਵੀ ਬਾਈ ਹੋਰਾਂ ਨੇ ਟੇਪਿੰਗ ਕਰੀ ਹੈ, ਕੱਲੀ ਕੱਲੀ ਚੀਜ਼। ਹਾਂਜੀ ਹਾਂਜੀ, ਆਹ ਦੇਖੋ ਵੀ ਇਹ ਚੀਜ਼, ਨਹੀਂ ਤਾਂ ਆਹ ਗਲਾਸ ਤੇ ਜੀ ਇੱਧਰ ਆ ਗਿਆ ਜੀ, ਆਹ ਇਕੱਲੇ ਨਹੀਂ ਸੋਨੇ ਜੇ ਦਿਖੀ ਜਾਂਦੇ ਨੇ, ਨਾਲ ਤਾਂ ਪਤਾ ਨਹੀਂ ਲੱਗਦਾ ਉਰੇ ਵੀ ਸ਼ੀਸ਼ਾ ਲੱਗਿਆ ਹੋਇਆ ਜਾਂ ਨਹੀਂ ਲੱਗਿਆ ਹੋਇਆ, ਆਹ ਲਾਉਣ ਕਾਰਨ ਆਪਾਂ ਨੂੰ ਸ਼ੀਸ਼ਾ ਦਿਖਣ ਲੱਗ ਗਿਆ ਵੀ ਸ਼ੀਸ਼ਾ ਲੱਗਿਆ ਹੋਇਆ। ਸਹੀ ਗੱਲ ਹੈ ਬਾਈ। ਹਾਂਜੀ ਹਾਂ, ਤੇ ਬਾਈ ਬਹੁਤ ਕੁਛ ਨਵਾਂ ਕੀਤਾ ਹੋਇਆ ਜੀ ਵਿੱਚ। ਤੇ ਆਹਲੀ ਚੀਜ਼ ਬਾਈ ਸਾਰੀ, ਜਿਵੇਂ ਨਾ ਜਿਵੇਂ ਆਹ ਟੇਪ ਵਗੈਰਾ ਸਾਰੀ, ਇਹ ਰਿਫਲੈਕਟਰ ਹੁੰਦੀ ਹੈ, ਇਹ ਰਿਫਲੈਕਟਰ ਵੀ ਵਧੀਆ ਲਾਇਆ ਹੋਇਆ, ਪੱਟੀ ਲਾਉਣੀ ਹੈ ਜੀ ਵਧੀਆ 3M ਕੰਪਨੀ ਦੀ। ਇਹ ਬਾਈ ਜਿਵੇਂ ਹਨਾ ਇਹ ਪੱਟੀ ਤਾਂ ਨਹੀਂ ਜਾਂਦੀ ਬਾਅਦ ਚੋਂ? ਨਾ ਜੀ, ਨਾ ਇਹ ਪੱਟੀ ਨਹੀਂ ਜਾਂਦੀ ਜੀ। ਠੀਕ ਹੈ, ਅੱਛਾ, ਜਿਹੜੀ ਆਪਣੀ ਆਹਲੀ ਟੇਪ ਆਉਂਦੀ ਹੈ ਜੀ, ਜਿਵੇਂ ਮਰਜ਼ੀ ਪਾਣੀ ਪੂਣੀ ਮੀਂਹ ਮੂੰਹ ਲੱਗੀ ਜਾਵੇ ਜੀ ਇਹਨੂੰ, ਠੀਕ ਹੈ, ਕੋਈ ਰੰਗ ਫੇਡ ਹੋਣ ਦਾ ਡਰ ਨਾ, ਫੇਟ ਵੀ ਨਹੀਂ ਹੁੰਦਾ ਜੀ। ਠੀਕ ਹੈ, ਵਧੀਆ ਕੁਆਲਿਟੀ 'ਚ ਵਰਤੀ ਦਾ ਜੀ ਕੰਮ ਆਪਣੇ, ਜਿਹੜੀ ਵੀ ਆ ਵਧੀਆ ਕੁਆਲਿਟੀ 'ਚ ਟੇਪ ਲਾਈ ਦੀ ਆ। ਇਹ ਚਮਕਦੀ ਆ ਇਹ ਰਿਫਲੈਕਟਿੰਗ? ਹਾਂਜੀ ਹਾਂ, ਰਿਫਲੈਕਟਰ ਹੈ ਜੀ ਇਹ, ਸਾਰੀ ਰੇਡੀਅਮ ਆ। ਠੀਕ ਹੈ, ਹਾਂ, ਕੋਈ ਜੇ ਮਤਲਬ ਉਤਾਰੂਗਾ ਵੀ ਉਹ ਤਾਂ ਉਤਰਦੀ ਨਹੀਂ ਹੈਗੀ। ਠੀਕ ਹੈ ਬਾਈ। ਹਾਂਜੀ, ਤੇ ਬਾਈ ਜੇ ਪੁਰਾਣੀ ਹੋਊਗੀ ਇਹਦੀ ਪਕੜ ਵੱਧਦੀ ਜਾਊਗੀ, ਮਜ਼ਬੂਤੀ ਵੱਧਦੀ ਜਾਊਗੀ ਜੀ। ਠੀਕ ਹੈ, ਮਤਲਬ ਵੀ ਨਾਲ ਚਿਪਕੀ ਜਾਣੀ ਹੈ। ਹਾਂਜੀ, ਨਾਲ ਚਿਪਕਦੀ ਜਾਊਗੀ। ਤੇ ਬਾਈ ਆਹ ਦੇਖੋ, ਡਿਊਲ ਟੋਨ ਦੇ ਵਿੱਚ ਹਨਾ, ਖੰਡੇ ਦੀ ਬਾਈ ਹੋਰਾਂ ਸਟicker ਲਾਇਆ, ਆਹ ਬੇਲ ਬਣਾਤੀ ਜੀ ਇੱਥੇ, ਖਾਲੀ ਲੱਗ ਰਿਹਾ ਸੀਗਾ ਸਾਨੂੰ, ਮਿਸਤਰੀ ਸਾਹਿਬ ਕਹਿੰਦੇ ਵੀ ਖਾਲੀ ਜਿਹਾ ਲੱਗ ਰਿਹਾ, ਫਿਰ ਇੱਥੇ ਆਹ ਕਰਤਾ ਜੀ, ਉਹਦੇ ਨਾਲ ਹੋਰ ਜੱਚ ਗਿਆ ਜੀ ਕੰਮ। ਤੇ ਬਾਈ ਹਨਾ, ਤੁਸੀਂ ਵੀ ਦੱਸੋ ਬਾਈ ਹੋਰਾਂ ਦਾ ਕੰਮ ਕਿਵੇਂ ਲੱਗਿਆ ਕਮੈਂਟ ਕਰਕੇ, ਤੇ ਮਿਲਾਂਗੇ ਬਹੁਤ ਛੇਤੀ ਬਾਈ ਹਨਾ ਨਵੀਂ ਵੀਡੀਓ ਦੇ ਨਾਲ, ਤੇ ਬਾਈ ਹੋਰਾਂ ਨਾਲ ਵਿਜ਼ਿਟ ਕਰ ਸਕਦੇ ਹੋ। ਬਾਈ ਹੋਰਾਂ ਦਾ ਇੱਕ ਬਹੁਤ ਵਧੀਆ ਕੰਮ ਆ ਬਾਈ ਹਨਾ, ਜਿਹੜੇ ਬਾਈ ਹੋਰੀ ਜਿਵੇਂ ਆਪਣੇ ਲੈਪਟਾਪ ਹੁੰਦੇ ਨੇ, ਫੋਨ ਹੁੰਦੇ ਨੇ, ਜਾਂ ਮੋਟਰਸਾਈਕਲ, ਬਾਈਕ ਲੈਮੀਨੇਸ਼ਨ ਕਾਰਾਂ ਦੇ, ਸਮੋਕ ਦਾ ਟ੍ਰੈਂਡ ਚੱਲ ਰਿਹਾ, ਸਮੋਕ ਕਰਾਉਂਦੇ ਨੇਗੇ, ਠੀਕ ਹੈ, ਉਹ ਵੀ ਕਰਦੇ ਹੈਗੇ ਜੀ, ਉਹ ਸਾਰਾ ਕੁਝ ਕਰਦੇ ਨੇ, ਬਹੁਤ ਸੋਹਣਾ ਕੰਮ ਆ ਬਾਈ ਹੋਰਾਂ ਦਾ ਹਨਾ, ਫੈਂਸੀ ਨੰਬਰ ਪਲੇਟਾਂ ਦਾ ਗਾ ਜੀ। ਤੇ ਬਾਈ ਹੋਰਾਂ ਦਾ ਜਿਵੇਂ ਨੰਬਰ ਮੈਂ ਆਹ ਸੀਗਾ, ਗੁਰਪ੍ਰੀਤ ਦਿਖਾ ਦੂਗਾ ਆਹ ਨੰਬਰ ਬਾਈ ਹੋਰਾਂ, ਤੁਸੀਂ ਨੋਟ ਕਰਕੇ ਬਾਈ ਹੋਰ ਤੋਂ ਕੰਮ ਕਰਵਾ ਸਕਦੇ ਹੋ। ਬਈ ਨਹੀਂ, ਲੈਪਟਾਪ ਤੇ ਕੈਮਰੇ ਤੇ ਲੈਮੀਨੇਸ਼ਨ ਕੋਈ ਕਰਦਾ ਨਹੀਂ, ਨਹੀਂ ਜੀ, ਉਹ ਬਾਈ ਹੋਰੀ ਕਰਦੇ ਨੇ, ਜਿੱਦਾਂ ਦੀ ਵੱਡੀ ਗੱਲ ਆ ਜੀ, ਅਸੀਂ ਉਹਦੇ ਉੱਤੇ ਬਲੇਟ ਵੀ ਨਹੀਂ ਲਾਉਂਦੇ ਜੀ, ਕੋਈ ਬਲੇਟ ਨਹੀਂ ਲਾਦਾ, ਸਿੱਧਾ ਜਿੱਦਾਂ ਤੁਹਾਡੇ ਕੈਮਰੇ ਦਾ ਸਾਰੀ ਲੁੱਕ ਹੈਗੀ ਆ, ਉਦਾਂ ਦੇ ਹਿਸਾਬ ਨਾਲ ਸਕਿਨ ਕੱਟੀ ਜਾਂਦੀ ਹੈਗੀ, ਤੇ ਉਹ ਬਾਈ ਹੋਰੀ ਪ੍ਰੋਪਰ ਕਟਿੰਗ ਉਹਦੇ ਤੇ ਸਿੱਧੀ ਮਸ਼ੀਨ ਦੀ ਕਟਿੰਗ ਇੰਸਟਾਲ ਕਰ ਦਿੰਦੇ ਨੇ। ਹਾਂਜੀ ਹਾਂਜੀ, ਤੇ ਬਾਈ ਹਨਾ ਬਸ ਤੁਹਾਨੂੰ ਕੰਮ ਕਰਨਾ ਕਿ ਵਿਜ਼ਿਟ ਕਰਨਾ, ਬਾਈ ਹੋਰਾਂ ਨਾਲ ਫੋਨ ਕਰ ਲਿਓ, ਮੈਂ ਨੰਬਰ ਤੁਹਾਨੂੰ ਦਿਖਾਤਾ, ਤੇ ਮਿਲਦੇ ਆ ਬਹੁਤ ਛੇਤੀ ਨਵੀਂ ਵੀਡੀਓ ਦੇ ਨਾਲ ਬਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।